हेलो एवरीवन, वेलकम टू माय यूट्यूब चैनल। सो ये मेरा नवा यूट्यूब होम, मैं होप करती हूँ तुम सारे जने मैं बहुत सपोर्ट करोगे। ये मैं लाइक आज कॉन्वोकेशन डे है, सो मैं तुम्हें सारे स्टाफ एंड स्टूडेंट्स ने मिलाऊंगी, उन्होंने रिव्यू शेयर करूंगी। एकदा ही चैनल के ऊपर ब्लॉग्स एंड बहुत सारे ट्यूटोरियल्स, बहुत सारे यूजफुल जो कि सारे स्टूडेंट्स जो सीख चुके हैं इस लाइन के बच्चे, इन्होंने बहुत ही नवे वैराइटीज ऑफ आर्ट्स लेके आवेंगे। सो चलो ब्लॉग में इदा ही शुरू कर, पहला स्टूडियो में लेके जाने मैं सारे लेके जाऊँगी स्टूडियो। Hi guys. Hello. 1, 2, 3, 4. इंस्टाग्राम पेज देखा
ਤੁਸੀਂ ਸਭ ਤੋਂ ਮੇਨ ਗੱਲ ਸਭ ਤੋਂ ਜ਼ਿਆਦਾ ਅਟਰੈਕਟਿਵ ਤੁਸੀਂ ਤੁਸੀਂ ਨੇ ਮੇਰੇ ਦਿਲ ਤੇ ਐਂਡ ਉਹਦੀ ਪਾ ਲਈ ਜਲੰਧਰ ਤੋਂ ਵਧੀਆ ਮਿਲਦੀ ਸੋ ਮਤਲਬ ਮੈਨੂੰ ਮੈਮ ਵਧੀਆ ਲੱਗਦੀ ਮੈਮ ਦਾ ਵੇ ਆਫ ਟਾਕਿੰਗ ਮਤਲਬ ਨੇਚਰ ਬਹੁਤ ਜ਼ਿਆਦਾ ਵਧੀਆ ਲੱਗਾ ਇਧਰ ਵੀ ਟੀਚਰਸ ਤੇ ਇਧਰ ਵੀ ਐਵਰੀਬਾਡੀ ਇਜ਼ ਵੈਰੀ ਗੁੱਡ ਚਲੋ ਥੈਂਕ ਯੂ ਸੋ ਮਚ ਇਨੀ ਦੂਰ ਆਉਣ ਲਈ ਸਾਨੂੰ ਚੂਸ ਕਰ ਲਈ ਬੈਸਟ ਆਫ ਲੱਕ ਥੈਂਕ ਯੂ ਸੋ ਮਚ ਗੋਡ ਬਲੈਸ ਯੂ ਓਕੇ ਚਲੋ ਸਾਡੇ ਨਾਲ ਨੇ ਸਿਮਰਨ ਜੋ ਕਿ ਕਿੱਥੋਂ ਆਏ ਨੇ ਮੋਗਾ ਇਹ ਮੋਗੇ ਤੋਂ ਸਪੈਸ਼ਲ ਸਾਡੇ ਕੋਲ ਆਇਆ ਇਹਨਾਂ ਨੇ ਸਾਡੇ ਕੋਲ ਨੇਲ ਵਾਲਾ ਕੋਰਸ ਪੂਰਾ ਪ੍ਰੋ ਕੋਰਸ ਲਿਆ ਹੁਣ ਤੁਸੀਂ ਇਹ ਦੱਸੋ ਕਿ ਤੁਸੀਂ ਇਹ ਮੋਗਾ ਆਏ ਤੁਸੀਂ ਸਾਨੂੰ ਚੂਸ ਕੀਤਾ ਇਹਦਾ ਕੀ ਲੱਗਾ ਸਾਡੇ ਵਿੱਚ ਤੁਸੀਂ ਇਧਰੋਂ ਆਏ ਜੈਨੂਇਨ ਰਿਵਿਊ ਦੇ ਦਿਓ ਬਸ ਓਕੇ ਹਾਂਜੀ ਮੈਮ ਤੁਹਾਡਾ ਟੀਚਿੰਗ ਬਹੁਤ ਅੱਛਾ ਹੈ ਓਕੇ ਔਰ ਤੁਸੀਂ ਜੋ ਜੋ ਇੱਥੇ ਸਿੱਖਿਆ ਸਾਰਾ ਕੁਛ ਸਮਝ ਆਇਆ ਸਾਰੀ ਪ੍ਰੈਕਟਿਸਿਸ ਵਗੈਰਾ ਅੱਛਾ ਹੋਇਆ ਹਾਂਜੀ ਮੈਮ ਚਲੋ ਕੁਛ ਬਹੁਤ ਵਧੀਆ ਚਲੋ ਬਾਏ ਕਰ ਦਿਓ ਥੈਂਕ ਯੂ ਬਾਏ ਥੈਂਕ ਯੂ ਸੋ ਮਚ ਤੁਸੀਂ ਐਨੀ ਮੈਮ ਵੀ ਅਸੀਂ ਇੱਦਾਂ ਲੈ ਕੇ ਆ ਰਹੇ ਹਾਂ ਸੋ ਮੈਂ ਇਹਨਾਂ ਦੇ ਵਿੱਚੋਂ ਰੈਂਡਮ ਨੂੰ ਚੱਕ ਲਈ ਸਾਰੇ ਡਰੇ ਹੋਏ ਆ ਕਿ ਬਾਹਰ ਕੀ ਕਰ ਰਹੇ ਨੇ ਇੱਦਾਂ ਦਾ ਕੀ ਹੋ ਰਿਹਾ ਸੋ ਮੈਂ ਇਹਨਾਂ ਕਹਿ ਰਹੀ ਮੈਂ ਚੁਗਲੀਆਂ ਕਰ ਰਹੀ ਹਾਂ ਔਰ ਡਰਾ ਰਹੀ ਹਾਂ ਸਾਨੂੰ ਖੁਦ ਆਪਾਂ ਦੇਖ ਲਿਆ ਬਹੁਤ ਅੱਛਾ ਲੱਗਾ ਜਿੱਦਾਂ ਇਹਨਾਂ ਨੇ ਟੀਚ ਕੀਤਾ ਮੈਨੂੰ ਅਤੇ ਬਹੁਤ ਵਧੀਆ ਸਾਰੀਆਂ ਟੈਕਨੀਕਸ ਵਗੈਰਾ ਸਭ ਕੁਛ ਦੱਸਿਆ ਇੱਦਾਂ ਨਹੀਂ ਫਰੈਂਕਲੀ ਸਾਡੇ ਨਾਲ ਬਿਹੇਵ ਕੀਤਾ ਸਭ ਕੁਛ ਪ੍ਰੋਪਰਲੀ ਦੱਸਿਆ ਨਾਲੇ ਕੋਪਰੇਟ ਕੀਤਾ ਸਾਡੇ ਨਾਲ ਪ੍ਰੋਪਰ ਅਤੇ ਮੈਨੂੰ ਬਹੁਤ ਚੰਗੇ ਲੱਗਦੇ ਨੇ ਬਹੁਤ ਨਾਈਸ ਲੱਗਦੇ ਨੇ ਇਹਨਾਂ ਦੇ ਬੋਲਣ ਦਾ ਤਰੀਕਾ ਵੀ ਬਹੁਤ ਵਧੀਆ ਲੱਗਦਾ ਮੈਨੂੰ ਬਹੁਤ ਵਧੀਆ ਲੱਗਦਾ ਇਹਨਾਂ ਨੇ ਇਹਨੇ ਪਹਿਲਾਂ ਕਲਾਇੰਟ ਵੀ ਸੀ ਇਹਨਾਂ ਨੇ ਮੇਰੇ ਤੋਂ ਸਰਵਿਸਿਸ ਵੀ ਲਈਆਂ ਉਸ ਤੋਂ ਬਾਅਦ ਫਿਰ ਉਹਨਾਂ ਨੇ ਤਾਂ ਕੋਰਸ ਲਿਆ ਤੁਸੀਂ ਕਿੱਥੋਂ ਲੈ ਲਈ ਮੈਂ ਲੁਧਿਆਣੇ ਤੋਂ ਹੀ ਹਾਂ ਬਈ ਲੋਕ ਥੈਂਕ ਯੂ ਸੋ ਮੱਚ ਬਾਬੀ ਤੁਹਾਨੂੰ ਬਹੁਤ ਵਧੀਆ ਰੱਖੀ ਤੁਸੀਂ ਬਲੈਸ ਯੂ ਬੋਸ ਨੂੰ ਇਹਨੇ ਕੋਮਲ ਇਹਨੇ ਜਾਣੀ ਕਿ ਲੋਕਲ ਬਸਤੀ ਤੋਂ ਇਹਨਾਂ ਦੀ ਮੰਮਾ ਦਾ ਸੈਲੂਨ ਆ ਐਕਸੀਕਿਊਟਿਵ ਆਇਲ ਪ੍ਰਿੰਸੀਪਲ ਇਹਨਾਂ ਦੀ ਡਾਟਰ ਦਾ ਇਹਨਾਂ ਦੀ ਆਲਰੇਡੀ ਸੈਲੂਨ ਹੈਗਾ ਸੋ ਹੁਣ ਇਹ ਉੱਥੇ ਜਾ ਕੇ ਨੇਲ ਦਾ ਕੰਮ ਅੱਗੇ ਕਰਾਉਂਦੇ ਇਹਨਾਂ ਨੇ ਸਾਨੂੰ ਨੇਲ ਦਾ ਕੋਰਸ ਲਿਆ ਐਂਡ ਮੇਰੇ ਪਹਿਲੇ ਸਟੂਡੈਂਟ ਆ ਜਿਹੜੇ ਮੇਰੇ ਤੋਂ ਛੋਟੇ ਆ ਸੱਚੀ ਛੋਟੇ ਲੱਗਦੇ ਵੀ ਛੋਟੇ ਆ ਸੋ ਕੋਮਲ ਵੀ ਫਟਾਫਟ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਦਿਓ ਤੁਹਾਨੂੰ ਵਧੀਆ ਲੱਗਿਆ ਸਭ ਮੈਨੂੰ ਇੱਥੇ ਬਹੁਤ ਵਧੀਆ ਲੱਗਿਆ ਈਵਨ ਮੈਮ ਦਾ ਨੇਚਰ ਬਾਕੀ ਸਾਰੇ ਇੰਜਲ ਮੈਮ ਮਨੀਸ਼ਾ ਮੈਮ ਬਾਕੀ ਜਿਹੜਾ ਸਾਰਾ ਸਟਾਫ ਸੀ ਉਹਨਾਂ ਦਾ ਸਮਝਾਉਣ ਦਾ ਤਰੀਕਾ ਇਹਨਾਂ ਦੇ ਸਮਝਾਉਣ ਦਾ ਤਰੀਕਾ ਕੋਈ ਵੀ ਹਰੇਕ ਵੀ ਚੀਜ਼ ਤੁਸੀਂ ਡੀਪਲੀ ਨਾਲ ਦੱਸੀ ਸੋ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਤੁਹਾਨੂੰ ਵੀ ਇਹੀ ਕਹਾਂਗੀ ਕਿ ਇੱਥੇ ਵਿਜ਼ਿਟ ਜ਼ਰੂਰ ਕਰੋ ਥੈਂਕ ਯੂ ਸੋ ਮਚ ਬਹੁਤ ਵਧੀਆ ਲੱਗਾ ਤੁਸੀਂ ਸਾਡੇ ਬੈਸਟ ਆਫ ਲੱਕ ਥੈਂਕ ਯੂ ਮੈਮ ਫਟਾਫਟ ਰਿਵਿਊ ਸ਼ੇਅਰ ਕਰ ਦੋ ਤੁਹਾਨੂੰ ਕਿਸਾ ਲੱਗਾ ਸਭ ਦਾ ਨੇਚਰ ਜੋ ਅਸੀਂ ਸਿਖਾਇਆ ਤੁਹਾਨੂੰ ਸਮਝ ਆਇਆ ਸਾਰਾ ਕੁਛ ਬਸ ਦੱਸ ਦੋ ਮੈਮ ਮੈਨੂੰ ਬਹੁਤ ਵਧੀਆ ਲੱਗਿਆ ਇੱਥੇ ਕੰਮ ਕਰਕੇ ਤੁਹਾਡੇ ਨਾਲ ਪੜ੍ਹ ਤਾਂ ਸਿੱਖ ਕੇ ਤੁਹਾਡਾ ਟੀਚਿੰਗ ਵੀ ਬਹੁਤ ਹੀ ਜ਼ਿਆਦਾ ਵਧੀਆ ਔਰ ਬਾਕੀ ਮੈਮ ਦਾ ਵੀ ਨੇਚਰ ਬਹੁਤ ਜ਼ਿਆਦਾ ਵਧੀਆ ਔਰ ਮੈਨੂੰ ਬਹੁਤ ਸਾਰੀ ਨੌਲੇਜ ਇੱਥੋਂ ਮਿਲੀ ਆ ਜੋ ਮੈਨੂੰ ਲੱਗਦਾ ਸੀ ਕਿ ਮਤਲਬ ਕਿ ਮੇਰੇ ਅੱਗੇ ਫਿਊਚਰ ਲਈ ਹਾਂਜੀ ਮੇਰੇ ਫਿਊਚਰ ਲਈ ਬਹੁਤ ਹੀ ਬੈਨੀਫਿਟ ਹੋ ਗਈ ਮੇਰੇ ਲਈ ਥੈਂਕ ਯੂ ਸੋ ਮਚ ਸਭ ਤੋਂ ਪਹਿਲਾਂ ਮੈਂ ਕਹੂੰਗੀ ਕਿ ਮੈਮ ਦਾ ਵੇ ਆਫ ਟਾਕਿੰਗ ਔਰ ਮੈਮ ਦਾ ਨੇਚਰ ਮਤਲਬ ਉਸ ਜਿੱਦਾਂ ਕਹਿ ਲਓ ਕਿ ਮੈਂ ਫਸਟ ਟਾਈਮ ਇੱਦਾਂ ਦੇ ਟੀਚਰ ਨੂੰ ਮਿਲੀ ਹਾਂ ਜਿਨ੍ਹਾਂ ਦਾ ਨੇਚਰ ਇੰਨਾ ਅੱਛਾ ਹੈ ਕਿ ਮਤਲਬ ਮੈਂ ਐਕਸਪਲੇਨ ਨਹੀਂ ਕਰ ਸਕਦੀ ਔਰ ਇਹਨਾਂ ਟੀਚ ਕਰਨ ਦਾ ਤਰੀਕਾ ਕਿ ਬਹੁਤ ਪਿਆਰ ਨਾਲ ਬੱਚਿਆਂ ਨੂੰ ਜਦੋਂ ਸਮਝਾਉਂਦੇ ਛੋਟੀ ਛੋਟੀ ਗੱਲ ਨੂੰ ਬੱਚੇ ਨੂੰ ਗਾਈਡਨੈਂਸ ਦੇਣੀ
ਮਤਲਬ ਮੈਂ ਤਾਂ ਸਭ ਨੂੰ ਇਹ ਕਹੂੰਗੀ ਕਿ ਜਿਸ ਕਿਸੇ ਨੇ ਵੀ ਨੇਲ ਐਕਸਟੈਂਸ਼ਨ ਕਰਨਾ ਲੁਧਿਆਣੇ ਤੋਂ ਇੱਕ ਵਾਰੀ ਮੈਮ ਕੋਲ ਪਹਿਲਾਂ ਜ਼ਰੂਰ ਆਉਣ ਔਰ ਇਹਨਾਂ ਦਾ ਸਟਾਫ ਮੈਮ ਦੀ ਤਰ੍ਹਾਂ ਹੀ ਉਹ ਵੀ ਸਾਰੇ ਬਹੁਤ ਨਾਈਸ ਆ ਇਸ ਲਈ ਮੈਂ ਸਭ ਨੂੰ ਕਹੂੰਗੀ ਕਿ ਮੈਮ ਕੋਈ ਨੇਲ ਐਕਸਟੈਂਸ਼ਨ ਦਾ ਜ਼ਰੂਰ ਸਿੱਖ ਕੇ ਜਾਣ ਥੈਂਕ ਯੂ ਬਹੁਤ ਬੈਸਟ ਵਿਸ਼ਿਸ ਤੁਹਾਡੇ ਫਿਊਚਰ ਲਈ ਥੈਂਕ ਯੂ ਮੈਮ ਤੁਹਾਡੇ ਕੋਲ ਰੀਮਾ ਜੀ ਇਹ ਵੀ ਲੋਕਲ ਆ ਵੈਸੇ ਲੁਧਿਆਣੇ ਤੋਂ ਬਟ ਬੇਸਿਕਲੀ ਇਹ ਹਿਮਾਚਲ ਤੋਂ ਬਿਲੋਂਗ ਕਰਦੇ ਆ ਇਹਨਾਂ ਨੇ ਵੀ ਸਾਡੇ ਕੋਲ ਨੇਲ ਐਕਸਟੈਂਸ਼ਨ ਦਾ ਕੋਰਸ ਲਿਆ ਸੋ ਹੁਣ ਤੁਸੀਂ ਇਹ ਦੱਸਣਾ ਆ ਮੈਨੂੰ ਬਹੁਤ ਅੱਛੀ ਤਰ੍ਹਾਂ ਸਿਖਾਇਆ ਆਪ ਲੋਗੋ ਨੇ ਆਪ ਨੇ ਪਲਸ ਆਪਕੇ ਸਟਾਫ ਨੇ ਬਹੁਤ ਅੱਛੀ ਤਰ੍ਹਾਂ ਸੇ ਨੋਲੇਜ ਦਿਆ ਹੈ ਓਕੇ ਔਰ ਸਬਸੇ ਸਬਸੇ ਮੇਨ ਬਾਤ ਕਿ ਆਪ ਹਿੰਦੀ ਬੋਲਦੇ ਹੋ ਪੰਜਾਬੀ ਸਮਝ ਆਤੀ ਹੈ ਹਾਂਜੀ ਤੋ ਮੋਸਟ ਆਫ ਦੀ ਟਾਈਮ ਹਮ ਪੰਜਾਬੀ ਮੇ ਸਿਖਾਤੇ ਹੈ ਮੇਰਾ ਸਟਾਫ ਵੀ ਔਰ ਮੈਂ ਵੀ ਤੋ ਕੀ ਆਪਕੋ ਸਮਝਣ ਮੇ ਕੋਈ ਪ੍ਰੋਬਲਮ ਨਹੀਂ ਹੋਈ ਨਹੀਂ ਨਹੀਂ ਮਤਲਬ ਸਾਰ ਸਮਝ ਆਇਆ ਕੋਈ ਚੀਜ਼ ਰਹਿ ਗਈ ਪੰਜਾਬੀ ਬੋਲੀ ਜਾ ਰਹੀ ਹੈ ਸਮਝ ਨਹੀਂ ਆ ਰਿਹਾ ਕੀ ਬੋਲੀ ਜਾ ਰਹੀ ਹੈ ਨਹੀਂ ਨਹੀਂ ਪੰਜਾਬੀ ਵੈਸੇ ਸਮਝ ਮੇ ਆਤੀ ਹੈ ਪਰ ਮੈਨੂੰ ਰਿਪਲਾਈ ਕਰਨੇ ਨਹੀਂ ਆਤਾ ਓਕੇ ਓਕੇ ਚਲੋ ਠੀਕ ਹੈ ਕੁਝ ਪ੍ਰੋਬਲਮ ਤੋ ਨਹੀਂ ਆਇਆ ਕੋਈ ਪ੍ਰੋਬਲਮ ਨਹੀਂ ਬਹੁਤ ਅੱਛੀ ਤਰ੍ਹਾਂ ਸੇ ਸਿਖਾਇਆ ਆਪਨੇ ਔਰ ਜੋ ਆਪ ਸਿਖਾਤੇ ਹੋ ਨਾ ਉਹ ਯਹਾਂ ਪਰ ਫਿਟ ਹੋ ਜਾਤਾ ਹੈ ਇੱਕ ਹੋਤਾ ਨਾ ਆਲ ਕਲੀਅਰ ਆਲ ਕਲੀਅਰ ਨਹੀਂ ਹੋਤਾ ਕਲੀਅਰ ਹੋਤਾ ਹੈ ਚਲੋ ਬਹੁਤ ਅੱਛਾ ਹੈ ਅੱਛਾ ਆਪਕੇ ਐਕਸਪੀਰੀਅੰਸ ਬਹੁਤ ਬਹੁਤ ਅੱਛਾ ਬਹੁਤ ਅੱਛਾ ਬਹੁਤ ਅੱਛਾ ਫਿਊਚਰ ਕੇ ਲਈ ਹਮੇ ਹਮੇ ਕਹਾਂ ਜਾਣ ਦੀ ਜ਼ਰੂਰਤ ਨਹੀਂ ਹੈ ਜੋ ਲੋਗ ਇਦੁਗਰੀ ਮੇ ਯਾਨੀ ਕਿ ਸਲੂਨ ਤੋਂ ਜ਼ਰੂਰ ਇਨਕੋ ਵਿਜ਼ਿਟ ਕਰੋ ਜਾ ਕੇ ਬਹੁਤ ਅੱਛਾ ਨੇਚਰ ਹੈ ਇਨਕੋ ਥੈਂਕ ਯੂ ਸੋ ਮਚ ਥੈਂਕ ਯੂ ਮੈਮ ਥੈਂਕ ਯੂ ਇਹ ਕੁੜੀਓ ਕੁੜੀਓ ਰੋਣਾ ਨਹੀਂ 2 ਮਿੰਟ ਇੱਕ ਮਿੰਟ ਰੋਣਾ ਨਹੀਂ ਰੋਣਾ 3 2 1 ਮੈਨੂੰ ਲੱਗਦਾ ਕਿ ਜਿੰਨੀਆਂ ਵੀ ਅਕੈਡਮੀਜ਼ ਨੇ ਕੋਈ ਆਪਣੇ ਸੀਕ੍ਰੇਟਸ ਰਿਵੀਲ ਨਹੀਂ ਕਰਦਾ ਕਿ ਇੱਥੋਂ ਤੱਕ ਕਿ ਮੈਮ ਨੇ ਆਪਣੇ ਜਿੰਨੇ ਵੀ ਸੀਕ੍ਰੇਟਸ ਨੇ ਸਾਡੇ ਬੈਚ ਨਾਲ ਸਾਰੇ ਰਿਵੀਲ ਕੀਤੇ ਨੇ ਹਰ ਇੱਕ ਬੈਚ 'ਚ ਰਿਵੀਲ ਕਰਦੇ ਨੇ ਐਂਡ ਕੋਈ ਪ੍ਰੋਡਕਟ ਨੋਲੇਜ ਕੋਈ ਇਹੋ ਜਿਹੀ ਚੀਜ਼ ਜੋ ਤੁਮ ਨਾ ਦਿੱਤੀ ਗਈ ਹੋਵੇ ਜਾਂ ਕੋਈ ਪ੍ਰੋਡਕਟ ਐਵਰੀਥਿੰਗ ਇਜ਼ ਪ੍ਰੋਵਾਈਡਡ ਐਵਰੀਥਿੰਗ ਇਜ਼ ਪ੍ਰੋਵਾਈਡਡ ਹਰ ਤਰ੍ਹਾਂ ਦਾ ਕੋਈ ਮਟੀਰੀਅਲ ਹਰ ਤਰ੍ਹਾਂ ਦੇ ਆਰਟ ਚਲੋ ਹੁਣ ਦੱਸੋ ਪ੍ਰੰਜੀਤ ਦੇ ਨੇਲ ਜਿਹੜਾ ਆਰਟ ਕੀਤਾ ਕਿਵੇਂ ਕੀਤਾ ਪ੍ਰੰਜੀਤ ਦਾ ਨੇਲ ਦਿਖਾਓ ਸ਼ੋ ਮੀ ਯੋਰ ਨੇਲਸ ਦੱਸੋ ਹੁਣ ਇਹ ਆਰਟ ਕਿੱਦਾਂ ਕੀਤਾ ਹੋਇਆ ਫਟਾਫਟ ਜਲਦੀ ਇਟਸ ਅ ਕ੍ਰੋਮ ਆਰਟ ਫਰਸਟਲੀ apply base coat and apply color then apply white nail paint draw art and do chrome with a brush firstly top coat firstly top coat then buff then buff okay then buff then apply do art and cure it for 10 seconds then apply chrome and then cure for rest and dust off then again top coat chalo good it was like that anda hai na it's full shot ਕਮਾਲ ਕਮਾਲ ਬਵਾਲ ਬਹੁਤ ਅੱਛਾ ਲੈਟਸ ਅਨਬਾਕਸ ਇਟ
मैनेजर साहब लिटरली यार हाथ धो के यार हो गया क्या हो गया ज्यादा जोश आ गई थी कैसा लगा ज्यादा खुशी हो गई थी आई दे कैसा लगा चलो इन्हें तो इनसे पूछो अब इनका रिव्यू दे दो सारे जने इन तीनों का हमारी कैसे लगे आपको हमारे तीनों स्टार तीन वो जो होते हैं हां तीनों बंदर कैसे लगे वेरी गुड इनका नेचर कैसा था एक एक का बताना किसका एंजल मैम का एंजल मैम का बताइए सारे होनेस्टली बताइए जिन्होंने फॉलो किया वो भी अनफॉलो कर जाएंगे नवदीप जी दसो फटाफट एंजल दीदी का होनेस्ट रिव्यू ये है एंजल मैम खुशी मैम है ये मनीषा मैम है ये चारों ही मैम 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 ये चारों ही मैडम है देवतियां हैं देवतियां ज्यादा हो रहा तीनों मैम तक रियली इतने ज्यादा क्यूट है और इतने ज्यादा क्यूट बोलते हैं ना तुसी चाहते हो दोनों की वॉइस हम बेचारे चलो दिलो मैम मतलब मैं अज तक बहुत इंस्टीट्यूट बहुत अकैडमिया ਦੇ ਵਿੱਚ ਟ੍ਰੇਨਿੰਗ ਲਈ ਆ ਬਟ ਜਿੱਦਾਂ ਟੀਚਰ ਹੁੰਦੇ ਨੇ ਸਟ੍ਰਿਕ ਕੀ ਕਮਾਂਡ ਦੇ ਵਿੱਚ ਡਰ ਸੀਗਾ ਸਾਡੇ ਕਿ ਅਸੀਂ ਪੁੱਛਾਂਗੇ ਟੀਚਰ ਦਾ ਵੇ ਆਫ ਟਾਕਿੰਗ ਔਰ ਪਤਾ ਨਹੀਂ ਟੀਚਰ ਕਿੱਦਾਂ ਦਾ ਸਾਨੂੰ ਅੱਗੋਂ ਆਨਸਰ ਦਊਗੇ ਬਟ ਇਹਨਾਂ ਦੇ ਕੋਲ ਆ ਕੇ ਮੇਰੀ ਉਹ ਚੀਜ਼ ਨਹੀਂ ਸੀਗੀ ਮਤਲਬ ਜਦ ਵੀ ਅਸੀਂ ਇਹਨਾਂ ਨੂੰ ਪੁੱਛਿਆ ਇਹਨਾਂ ਨੇ ਸਾਨੂੰ ਬਹੁਤ ਅੱਛਾ ਆਨਸਰ ਦਿੱਤਾ ਹੁਣ ਅੱਗੇ ਵੀ ਮੈਮ ਕਹਿੰਦੇ ਜੋ ਤੁਹਾਨੂੰ ਨਹੀਂ ਪਤਾ ਲੱਗੇਗਾ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਸਾਨੂੰ ਪੁੱਛ ਸਕਦੇ ਹੋ ਸਾਰਿਆਂ ਨਾਲੋਂ ਵਧੀਆ ਗੱਲ ਮੈਨੂੰ ਮੈਮ ਦੀ ਇਹ ਲੱਗੀ ਔਰ ਮੈਨੂੰ ਨਹੀਂ ਲੱਗਦਾ ਕਿ ਲਾਈਫ 'ਚ ਅੱਗੇ ਜਾ ਕੇ ਇੰਨਾ ਵਧੀਆ ਟੀਚਰ ਮੈਨੂੰ ਕੋਈ ਹੋਰ ਮਿਲੇਗਾ ਇਸ ਲਈ ਥੈਂਕ ਯੂ ਮੈਮ ਓਕੇ ਮੈਮ ਜ਼ਰੂਰ ਥੈਂਕ ਯੂ ਮੈਮ ਓਕੇ सारी मैडम बहुत ज्यादा सोनी है मुंडा होंगी मैं सारिया
ऑनेस्ट रिव्यू दीजिए, ऑनेस्ट नहीं पहले आप ऑनेस्ट बोलो, ऑनेस्ट 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 रिव्यू दीजिए, सच्चे व्यू दो, आप सच्चे व्यू दीजिए, सच्चे विचार अपने सच्चे सच्चे विचार दसो, सच्चे सच्चे रिव्यू हाजिर करो। स्टाफ बहुत अच्छा है, मनीषा मैम ते एंजल मैम बहुत ही ज्यादा कोऑपरेटिव है, नो डाउट हेल्प सारे टीचर्स बहुत ज्यादा करते हैं, बहुत ज्यादा पोलाइट है, ते खुशी मैम भी बहुत ज्यादा हेल्प करते हैं, तो तुसी कोई भी क्वेश्चन पुट करोगे स्पेशली मेरे प्रोडक्ट नॉलेज हर जगह नहीं मिलती, वेयर यू हैव टू बाई द प्रोडक्ट्स, की चार्जेस है प्रोडक्ट्स के, कितों सही रेट च मिलेंगे, एंड एग्जैक्टली केड़ा ब्रांड अच्छा है केड़ा नहीं अच्छा, पूरी प्रोडक्ट नॉलेज दी जाती है। ऑनेस्ट रिव्यू दीजिए, अपने सच्चे सच्चे विचार हाजिर कीजिए। खुशी मैम और इन तीनों के बारे में, इन तीनों के क्या क्या ड्रॉबैक्स हैं, क्या क्या कौन सी चीज अच्छी लगी, कौन सी चीज थोड़ी सी बुरी भी लगी, जो भी था सब कुछ जानते, ठीक है। सच सच सारे टीचर्स बहुत ही ज्यादा वधिया सी, बहुत ही ज्यादा वधिया नेचर सी, हरेक चीज च मैम ने हेल्प की, मेरे ज्यादा करीब मनीषा मैम सी, चलो खुशी मैम बारे बोल दो, चलो चलो खुशी मैम बारे दस्सो, हां सारे मैडम बहुत ज्यादा वधिया गए है ना, ते बहुत पोलाइट बोलदे आ है ना, ते की कहंदे हुंदे आ गल्ले, खुशी मैम दा दस्सो, नेचर बहुत अच्छा, कदे कदे थोड़े जे गर्म हो जाते मतलब जो असि थोड़ा जा मैम तंग करते, बट जो भी कहना मतलब मुंह ते कह दिंदे आ, तो मेनू सारे ना वधिया गल यही लगती है सारे टीचर्स दी, कि बच्चों नूं समझाने दा तरीका इन्हां दा बहुत वधिया, कुछ कहना गलती भी है बच्चों नूं फेस टू फेस कहिंदे आ, इसलिए मेरे लिए सारे टीचर ही अच्छे है, बट एंजल मैम नाल मेरा प्यार कुछ ज्यादा पै गया सी, इंग्लिश तो बिल्कुल ही नहीं बोलनी था, शर्म शर्म तो आंदी टाइम नहीं लगा व्लॉग एंड करन दा, अज भी टाइम 8 बजे पे नहीं सो
कमेंट जरूर करियो एंड सानू दस्यो की थानू व्लॉग किवें लगा की तुसी चाहुंदे हो कि असीं इदां ही व्लॉग लेके आईए ट्यूटोरियल्स लेके आईए एंड मनीषा कुछ आप बोलना चाहेंगे हाँ टेक केयर ओके बाय 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 आपको पर्सन मिल गए अच्छे लगे चलो जाओ घर में जाके अभी मिलिया ने चुप सारा कुछ पाऊंगी मैं सारा मैडम नो जय चल यार दिल नहीं करता जाने सच्ची नहीं करता सवेरे तक धक्के जाओ बाय बाय चलो चलो बाय 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 धक्के पक्का पाऊंगी पक्का मैडम ना मैडम पक्का